मैं होशियारपुर हां, मेरी धरती ते किन्ने ही संत फकीर ते राजियां ने वास कीता, पर अज मैं एक ऐसे शख्स दा जिक्र करांगा जिसने ना सिर्फ मेरे नाल अपने नां ते थां नूं जोड़िया, बल्कि उन्हां ने अपने तन मन ते धन दे नाल मेरी सच्ची सेवा कीती। विजय सांपला मेरा सच्चा पुत्तर है, क्योंकि इसने मेरा विकास करके मेनू सूबे च एक वखरी पहचान दित्ती। सांपला जी दीआं इन्नियां प्राप्तियां सी कि जिहड़े नहीं सी कम होण वाले ओह वी कीते। इत्थे कई सांसद आए ते गए, पर मेनू सड़क हवा ते रेल द्वारा महानगरां नाल जोड़न दा सेहरा विजय सांपला जी दे सिर उत्ते ही बजदा है। 77 साडे पिता जी डैथ हो गई, ਉਦੋਂ ਇਹ 8ਵੀਂ ਪੜ੍ਹਦੇ ਸੀਗੇ, ਮੈਂ ਉਦੋਂ 12ਵੀਂ ਪੜ੍ਹਦਾ ਸੀਗਾ। ਇਹਨਾਂ ਨੇ ਅਸੀਂ ਦੋਨਾਂ ਨੇ ਭਰਾਵਾਂ ਨੇ ਰਲ ਕੇ ਘਰ ਦੀ ਮਤਲਬ ਇਨਕਮ ਜਨਰੇਟ ਕਰਨ ਵਾਸਤੇ ਲੇਬਰ ਮਜ਼ਦੂਰੀ ਕੀਤੀ। ਫਿਰ ਵਿਜੇ ਸਾਂਪਲਾ ਜੀ ਗਏ, ਚਲੇ ਗਏ, ਮਤਲਬ ਸਾਊਦੀ ਅਰਬ ਚਲੇ ਗਏ। ਮੈਂ ਔਰ ਸਾਂਪਲਾ ਜੀ ਜਦ ਸਾਊਦੀ ਅਰਬ ਗਏ, ਸਾਡੀ ਪਹਿਲੀ ਇੱਕੋ ਹੀ ਫਲੈਟ ਦੇ ਵਿੱਚ ਇੱਧਰੋਂ ਅਸੀਂ ਗਏ ਹਾਂ, ਔਰ ਇੱਕੋ ਹੀ ਕੰਪਨੀ ਦੇ ਵਿੱਚ ਇੱਕ ਹੀ ਰੂਮ ਦੇ ਵਿੱਚ ਰਹੇ ਅਸੀਂ ਇਕੱਠੇ। ਚਾਹੇ ਮੈਂ ਮਜ਼ਦੂਰ ਤੋਂ ਇੱਕ ਪਲੰਬਰ ਬਣਿਆ, ਔਰ ਪਲੰਬਰ ਤੋਂ ਮੈਂ ਇਲੈਕਟ੍ਰੀਸ਼ਨ, ਇਲੈਕਟ੍ਰੀਸ਼ਨ ਤੋਂ ਫੋਰਮੈਨ, ਫੋਰਮੈਨ ਤੋਂ ਮੈਂ ਇੱਕ ਕੰਪਨੀ ਦੇ ਮਾਲਕ ਦੇ ਵਿੱਚ ਭਾਵ ਉਸੇ ਕੰਪਨੀ ਦੇ ਸਾਊਦੀ ਅਰਬ ਦੇ ਵਿੱਚ ਮਾਲਕ ਦੇ ਨਾਲ ਆਪਣੀ ਪਾਰਟਨਰਸ਼ਿਪ ਵੀ ਕੀਤੀ। ਫਿਰ ਇਹਨਾਂ ਨੂੰ ਸਰਪੰਚ ਪਿੰਡ ਸਰਪੰਚ ਬਣ ਗਏ, ਲੋਕਾਂ ਨੇ ਆਪ ਹੀ ਕਿਹਾ ਕਿ ਉੱਥੇ ਸਰਪੰਚ ਬਣੋ। ਸਾਂਪਲਾ ਜੀ ਨੇ ਕਿਹਾ ਕਿ ਮੈਂ ਪਿੰਡ ਦੇ ਵਿੱਚ ਪੁਲਿਸ ਨਹੀਂ ਆਉਣ ਦੇਣੀ, ਅਸੀਂ ਪੰਚਾਇਤ ਦੇ ਵਿੱਚ ਹੀ ਆਪਣੇ ਪਿੰਡ ਦੇ ਫੈਸਲੇ ਲਵਾਂਗੇ। ਜਦੋਂ ਇਹ ਪਹਿਲੀ ਵਾਰ ਸਰਪੰਚ ਬਣੇ ਤਾਂ ਇਹਨਾਂ ਨੇ ਸਕੂਲ ਦੀ ਪੂਰੀ ਇਮਾਰਤ ਖੜੀ ਕਰਵਾਈ। ਸੁਣੋ ਲੋਕਾਂ ਦੀ ਜ਼ੁਬਾਨੀ। ਸ਼੍ਰੀ ਵਿਜੇ ਸਾਂਪਲਾ ਜੀ ਨੇ ਇਹ ਗੱਲ ਸ਼ੁਰੂ 'ਚ ਕਹੀ ਸੀ ਕਿ ਇਹ ਕੰਮ ਜਿਹੜਾ ਸਕੂਲ ਦਾ ਬਿਲਕੁਲ ਸਿਰੇ ਚੜ੍ਹ ਜਾਏਗਾ, ਔਰ ਉਹਨਾਂ ਨੇ ਇਹ ਨਾ ਹੋਣ ਵਾਲਾ ਕੰਮ ਇਹ ਕਰ ਦਿਖਾਇਆ। ਸਕੂਲ ਦੀ ਪ੍ਰੈਜੈਂਟ ਪੁਜੀਸ਼ਨ ਹੈ, ਸੋ ਇਹਦੇ ਵਿੱਚ ਸਾਂਪਲਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਸਕੂਲ ਦੀ ਪਹਿਲੀ ਇੱਟ ਰੱਖਣ ਤੋਂ ਲੈ ਕੇ ਅੱਜ ਤੱਕ ਇਹਨਾਂ ਦਾ ਯੋਗਦਾਨ ਹੈ। ਇਹਨਾਂ ਨੇ ਹਮੇਸ਼ਾ ਵਿਕਾਸ ਤੇ ਨਿਆਂ ਨੂੰ ਹੀ ਆਪਣਾ ਧਰਮ ਸਮਝਿਆ। ਇਹਨਾਂ ਨੇ ਜੋ ਕਿਹਾ ਸੋ ਕੀਤਾ। ਅਭੀ ਨੋਟ ਕਰੋ ਤੇ ਕਰ ਦਿਓ ਕੰਮ, ਜਿੰਨਾ ਹੋਊਗਾ ਹੋ ਜਾਏਗਾ, ਨੋ ਪੈਂਡਿੰਗ। ਵਿਕਾਸ ਦੀ ਦਰ ਹਮੇਸ਼ਾ ਇਸੇ ਤਰ੍ਹਾਂ ਚੱਲਦੀ ਰਹੇ, ਇਸ ਵਾਸਤੇ ਆਓ ਇਕੱਠੇ ਹੋ ਕੇ ਸਾਂਪਲਾ ਜੀ ਦਾ ਸਾਥ ਦਈਏ, ਤਾਂ ਜੋ ਹੋਰ ਵਿਕਾਸ ਦੇ ਅਧੂਰੇ ਕੰਮ ਨੇ ਉਹ ਵੀ ਪੂਰੇ ਹੋ ਸਕਣ।